ਹਿਮਾਲਿਆ ਪਰਬਤ ਜਿੰਨਾ ਆਪਣੇ ਆਪ ਦੇ ਵਿੱਚ ਸੋਹਣਾ ਹੈ ਓਨਾ ਹੀ ਜ਼ਿਆਦਾ ਇਹ ਭੇਦ ਭਰਿਆ ਵੀ ਹੈ। ਇਹਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਪਰਬਤ ਸ਼੍ਰੇਣੀ ਮੰਨਿਆ ਜਾਂਦਾ ਹੈ, ਜਿਹੜੀ ਕਿ ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਤਿੱਬਤ ਤੇ ਅਫਗਾਨਿਸਤਾਨ ਤੱਕ ਫੈਲੀ ਹੋਈ ਹੈ। ਹਿਮਾਲਿਆ ਦੇ ਕਈ ਥਾਵਾਂ ਤੱਕ ਤਾਂ ਟੂਰਿਸਟ ਜਾਂਦੇ ਰਹਿੰਦੇ ਨੇ, ਪਰ ਇੱਥੇ ਅੱਜ ਵੀ ਕਈ ਅਜਿਹੀਆਂ ਭੇਦ ਭਰੀਆਂ ਥਾਵਾਂ ਨੇ ਜਿੱਥੇ ਅੱਜ ਤੱਕ ਵੀ ਕੋਈ ਇਨਸਾਨ ਕਦੇ ਨਹੀਂ ਪਹੁੰਚਿਆ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਿਮਾਲਿਆ ਪਰਬਤ ਦੇ ਨਾਲ ਜੁੜੇ ਹੋਏ ਕੁਝ ਅਜਿਹੇ ਹੀ ਡਰਾਵਣੇ ਰਾਜ ਦੱਸੂੰਗਾ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਹਿਮਾਲਿਆ ਕਈ ਉੱਚੇ ਉੱਚੇ ਪਰਬਤ, ਬਰਫ਼, ਗਲੇਸ਼ੀਅਰ ਅਤੇ ਨਦੀਆਂ ਦਾ ਘਰ ਹੈ। ਹਿਮਾਲਿਆ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਸਾਲ ਭਰ ਮੋਟੀ ਬਰਫ਼ ਪਈ ਰਹਿੰਦੀ ਹੈ ਤੇ ਜਿੱਥੋਂ ਦਾ ਔਸਤਨ ਹਮੇਸ਼ਾ ਤਾਪਮਾਨ ਰਹਿੰਦਾ ਹੈ -20 ਡਿਗਰੀ। ਹਿਮਾਲਿਆ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਜਿਹੀਆਂ ਕਈ ਥਾਵਾਂ ਨੇ ਜਿੱਥੇ ਇਨਸਾਨ ਦਾ ਪਹੁੰਚ ਪਾਉਣਾ ਲਗਭਗ ਨਾਮੁਮਕਿਨ ਹੈ। ਇਹਨਾਂ ਥਾਵਾਂ ਦੇ ਉੱਤੇ ਜਲਵਾਯੂ ਇੰਨੀ ਜ਼ਿਆਦਾ ਖਤਰਨਾਕ ਹੈ ਤੇ ਇੱਥੇ ਰਾਸਤੇ ਦਾ ਬਹੁਤ ਜ਼ਿਆਦਾ ਭੁਲੇਖਾ ਪੈਂਦਾ ਹੈ, ਜਿਸ ਦੇ ਕਾਰਨ ਹਿਮਾਲਿਆ ਦੀ ਇਹ ਥਾਵਾਂ ਇਨਸਾਨਾਂ ਦੀ ਪਹੁੰਚ ਤੋਂ ਕੋਹਾਂ ਕੋਹਾਂ ਦੂਰ ਨੇ। ਅਜਿਹਾ ਮੰਨਿਆ ਜਾਂਦਾ ਹੈ ਕਿ ਹਿਮਾਲਿਆ ਦੀਆਂ ਕਈ ਅਜਿਹੀਆਂ ਹੀ ਥਾਵਾਂ ਦੇ ਵਿੱਚ ਦੇਵਤਿਆਂ ਦੀਆਂ ਨਗਰੀਆਂ ਵਸੀਆਂ ਹੋਈਆਂ ਨੇ ਤੇ ਲੋਕਲ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਇੰਦਰ ਦੇਵ ਦੀ ਨਗਰੀ ਵਸੀ ਹੋਈ ਹੈ। ਉਹਨਾਂ ਦਾ ਮੰਨਣਾ ਹੈ ਕਿ ਜਿਹੜੀਆਂ ਧਰਤੀ ਦੇ ਉੱਪਰ ਪਵਿੱਤਰ ਆਤਮਾਵਾਂ ਹੁੰਦੀਆਂ ਨੇ ਜਦੋਂ ਉਹ ਮਰ ਜਾਂਦੀਆਂ ਨੇ ਉਹ ਇਸ ਨਗਰੀ ਦੇ ਵਿੱਚ ਆ ਕੇ ਹੀ ਰਹਿੰਦੀਆਂ ਨੇ ਤੇ ਇਹ ਜਗ੍ਹਾ ਉਹ ਮੰਨਦੇ ਨੇ ਕਿ ਉੱਤਰਾਖੰਡ ਦੇ ਵਿੱਚ ਹੈ। ਇਹ ਜਗ੍ਹਾ ਨੂੰ ਦੇਵ ਆਤਮਾ ਹਿਮਾਲਿਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਹ ਥਾਂ ਪਹਾੜਾਂ ਦੇ ਵਿੱਚ ਦੂਰ ਕਿਤੇ ਵਸਿਆ ਹੋਇਆ ਹੈ। ਇੱਕ ਤੁਸੀਂ ਹੋਰ ਚੀਜ਼ ਨੋਟ ਕਰਨਾ ਕਿ ਹਿਮਾਲਿਆ ਪਰਬਤ ਦੇ ਆਲੇ ਦੁਆਲੇ ਜਿੰਨੀਆਂ ਵੀ ਸਟੇਟਾਂ ਪੈਂਦੀਆਂ ਨੇ ਤੇ ਜਿੰਨੇ ਵੀ ਰਾਜ ਪੈਂਦੇ ਨੇ ਉੱਥੋਂ ਦੇ ਜਿਹੜੇ ਲੋਕ ਹੁੰਦੇ ਨੇ ਉਹ ਜ਼ਿਆਦਾਤਰ ਸਿਹਤਮੰਦ ਹੁੰਦੇ ਨੇ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਹਿਮਾਲਿਆ ਦੀ ਇੰਨੀ ਜ਼ਿਆਦਾ ਵਧੀਆ ਜਲਵਾਯੂ। ਕੋਈ ਨਹੀਂ ਜਾਣਦਾ ਕਿ ਹਿਮਾਲਿਆ ਦੀਆਂ ਵਾਦੀਆਂ ਤੇ ਇੱਥੋਂ ਦੇ ਹਵਾ ਪਾਣੀ ਦੇ ਵਿੱਚ ਅਜਿਹਾ ਕੀ ਹੈ, ਜਿਹੜੇ ਇੱਥੋਂ ਦੇ ਲੋਕ ਬਿਮਾਰ ਹੀ ਨਹੀਂ ਹੁੰਦੇ। ਹਿਮਾਲਿਆ ਦੀ ਗੋਦ ਦੇ ਵਿੱਚ ਵਸੇ ਹੋਏ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ, ਨਾ ਤਾਂ ਉਹਨਾਂ ਨੂੰ ਦਮਾ ਹੁੰਦਾ ਹੈ, ਨਾ ਉਹਨਾਂ ਨੂੰ ਗਠੀਆ ਹੁੰਦਾ ਹੈ, ਨਾ ਉਹਨਾਂ ਨੂੰ ਕੋਈ ਚਮੜੀ ਦਾ ਰੋਗ ਹੁੰਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਅੱਖਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਜੇਕਰ ਇੱਥੇ ਇਸ ਤਰ੍ਹਾਂ ਦੀ ਕੋਈ ਬਿਮਾਰੀ ਇਹਨਾਂ ਨੂੰ ਹੋ ਵੀ ਜਾਂਦੀ ਹੈ ਤਾਂ ਵੀ ਉਸ ਦੇ ਇਲਾਜ ਦੇ ਲਈ ਇਹਨਾਂ ਦੇ ਕੋਲ ਜੜੀ ਬੂਟੀਆਂ ਹੁੰਦੀਆਂ ਨੇ। ਇਸ ਦੇ ਲਈ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਸਿੱਕਮ ਦੇ ਵਿੱਚ ਅਲੱਗ ਤਰ੍ਹਾਂ ਦੇ ਨਾਲ ਜੜੀ ਬੂਟੀਆਂ ਦੇ ਨਾਲ ਇਲਾਜ ਕਰਨ ਵਾਲੇ ਕੇਂਦਰ ਵੀ ਬਣੇ ਹੋਏ ਨੇ ਤੇ ਇਹਨਾਂ ਕੇਂਦਰਾਂ ਦੇ ਵਿੱਚ ਜਾ ਕੇ ਲੋਕ ਜੜੀ ਬੂਟੀਆਂ ਦੇ ਨਾਲ ਅਤੇ ਯੋਗ ਦੇ ਨਾਲ ਆਪਣੀਆਂ ਬਿਮਾਰੀਆਂ ਠੀਕ ਕਰ ਲੈਂਦੇ ਨੇ। ਇੰਨਾ ਹੀ ਨਹੀਂ, ਹਿਮਾਲਿਆ ਪਰਬਤ ਦੇ ਅੰਦਰ ਜਿੰਨੇ ਰਾਜ ਵਸੇ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀ ਔਸਤਨ ਉਮਰ ਵੀ ਆਮ ਇਲਾਕਿਆਂ ਦੇ ਲੋਕਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਇਹ ਲੋਕ ਸਾਰੀ ਉਮਰ ਨਿਰੋਗੀ ਰਹਿ ਕੇ ਆਪਣਾ ਜੀਵਨ ਬਸਰ ਕਰਦੇ ਨੇ। ਇਹੀ ਕਾਰਨ ਹੈ ਕਿ ਇੰਡੀਆ ਦੇ ਅਲੱਗ ਅਲੱਗ ਰਾਜਾਂ ਤੋਂ ਜਿੰਨੇ ਵੀ ਸਾਧੂ ਤੇ ਰਿਸ਼ੀ ਹੁੰਦੇ ਸਨ ਉਹ ਵੀ ਸਾਰੇ ਜਾ ਕੇ ਹਿਮਾਲਿਆ ਦੇ ਵਿੱਚ ਹੀ ਤਪ ਕਰਦੇ ਸਨ। ਇੱਕ ਤਾਂ ਹਿਮਾਲਿਆ ਦੀ ਜਲਵਾਯੂ ਇਹਨਾਂ ਸਾਧੂਆਂ ਦੇ ਸਰੀਰ ਨੂੰ ਸਖ਼ਤ ਬਣਾਉਂਦੀ ਸੀ ਤੇ ਦੂਜਾ ਹਿਮਾਲਿਆ ਪਰਬਤ ਉਹਨਾਂ ਨੂੰ ਇਹਨਾਂ ਦੂਰ ਦਰਾਡ ਦੇ ਇਲਾਕਿਆਂ ਦੇ ਵਿੱਚ ਬਿਨਾਂ ਮੁੱਢਲੀਆਂ ਚੀਜ਼ਾਂ ਤੇ ਜਾਂ ਬਿਨਾਂ ਮੁੱਢਲੀਆਂ ਲੋੜਾਂ ਵਾਲੀਆਂ ਚੀਜ਼ਾਂ ਤੋਂ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਸੀ। ਇੱਥੇ ਅੱਜ ਵੀ ਕਈ ਸਾਧੂ -20 ਡਿਗਰੀ ਸੈਲਸੀਅਸ ਦੇ ਟੈਂਪਰੇਚਰ ਦੇ ਵਿੱਚ ਨਿਰਵਸਤਰ ਹੋ ਕੇ ਤਪ ਕਰਦੇ ਨੇ ਤੇ ਨਾ ਹੀ ਇਹਨਾਂ ਨੂੰ ਠੰਡ ਦਾ ਅਹਿਸਾਸ ਹੁੰਦਾ ਹੈ ਤੇ ਨਾ ਹੀ ਇਹਨਾਂ ਨੂੰ ਭੁੱਖ ਲੱਗਦੀ ਹੈ। ਇਹ ਵੀ ਕਈ ਕਾਰਨ ਨੇ ਜਿਸ ਕਾਰਨ ਹਿਮਾਲਿਆ ਦੀ ਜਲਵਾਯੂ ਨੂੰ ਬਹੁਤ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ। ਇੱਥੋਂ ਦੀ ਹਵਾਵਾਂ ਦੇ ਵਿੱਚ ਬਹੁਤ ਜ਼ਿਆਦਾ ਰੋਗ ਨਾਸ਼ਕ ਤੱਤ ਮੌਜੂਦ ਨੇ ਜਿਸ ਦੇ ਕਾਰਨ ਇੱਥੇ ਰਹਿਣ ਵਾਲੇ ਇਨਸਾਨ ਨਿਰੋਗੀ ਰਹਿੰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਹਿਮਾਲਿਆ ਦੀਆਂ ਪਹਾੜੀਆਂ ਦੇ ਵਿੱਚ ਇੱਕ ਜਾਦੂਈ ਆਸ਼ਰਮ ਵੀ ਹੈ ਜਿਸ ਨੂੰ ਗਿਆਨਗੰਜ ਮੱਠ ਅਤੇ ਸਿੱਧ ਆਸ਼ਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਿਮਾਲਿਆ ਦੇ ਬਰਫ਼ ਵਾਲੇ ਪਹਾੜਾਂ ਦੇ ਵਿੱਚ ਵਸਿਆ ਹੋਇਆ ਇੱਕ ਨਾ ਦੱਸਣ ਵਾਲਾ ਆਸ਼ਰਮ ਹੈ। ਇਹ ਆਸ਼ਰਮ ਸਿਰਫ ਸਿੱਧ ਪੁਰਸ਼ ਇਨਸਾਨਾਂ ਨੂੰ ਹੀ ਦਿਖਾਈ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਗਿਆਨਗੰਜ ਮੱਠ ਦੇ ਵਿੱਚ ਰਹਿਣ ਵਾਲਾ ਹਰ ਇੱਕ ਇਨਸਾਨ ਅਮਰ ਹੈ। ਇਸ ਆਸ਼ਰਮ ਦੇ ਵਿੱਚ ਬਣੀਆਂ ਹੋਈਆਂ ਗੁਫਾਵਾਂ ਦੇ ਵਿੱਚ ਸਾਧੂ ਮੁਨੀ ਅਤੇ ਰਿਸ਼ੀ ਨਿਵਾਸ ਕਰਦੇ ਨੇ। ਲੋਕਲ ਲੋਕ ਮੰਨਦੇ ਨੇ ਕਿ ਹਿਮਾਲਿਆ ਦੇ ਵਿੱਚ ਲੱਖਾਂ ਸਾਲਾਂ ਤੱਕ ਤਪੱਸਿਆ ਕਰਨ ਤੋਂ ਬਾਅਦ ਹੀ ਇਹਨਾਂ ਸਾਧੂਆਂ ਨੂੰ ਇਸ ਗਿਆਨਗੰਜ ਮੱਠ ਦੇ ਦਰਸ਼ਨ ਹੁੰਦੇ ਨੇ। ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਲੁਕਿਆ ਹੋਇਆ ਇੱਕ ਪਿੰਡ ਹੈ। ਉਹਨਾਂ ਦੇ ਮੁਤਾਬਕ ਇਹ ਮੱਠ ਸਿਰਫ ਉਹਨਾਂ ਲੋਕਾਂ ਨੂੰ ਦਿਖਾਈ ਦਿੰਦਾ ਹੈ ਜਿਹੜੇ ਲੋਭ ਮੋਹ ਨੂੰ ਛੱਡ ਕੇ ਪੂਰੀ ਦੁਨੀਆਦਾਰੀ ਨੂੰ ਛੱਡ ਕੇ ਪ੍ਰਭੂ ਦੇ ਨਾਲ ਮਿਲ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਇਹ ਗਿਆਨ ਮੱਠ ਦੇ ਅੰਦਰ ਕਈ ਸਿੱਖਿਆ ਕੇਂਦਰ ਨੇ ਜਿੱਥੇ ਸਾਧੂ ਮਹਾਰਾਜ ਆਪਸ ਦੇ ਵਿੱਚ ਗਿਆਨ ਦਾ ਅਰਦਾਨ ਪ੍ਰਦਾਨ ਕਰਦੇ ਨੇ। ਹਿੰਦੂ ਧਰਮ ਦੇ ਕਈ ਗ੍ਰੰਥਾਂ ਦੇ ਵਿੱਚ ਇਸ ਗਿਆਨ ਮੱਠ ਦਾ ਜ਼ਿਕਰ ਮਿਲਦਾ ਹੈ ਜਿੱਥੇ ਇਸ ਨੂੰ ਸਿੱਧ ਆਸ਼ਰਮ ਦੇ ਨਾਮ ਦੇ ਨਾਲ ਵਰਣਨ ਕੀਤਾ ਗਿਆ ਹੈ ਤੇ ਹਿੰਦੂ ਗ੍ਰੰਥਾਂ ਦੇ ਮੁਤਾਬਕ ਇਸ ਜਗ੍ਹਾ ਦੇ ਉੱਪਰ ਕਾਲ ਅਤੇ ਸਮੇਂ ਦਾ ਕੋਈ ਵੀ ਚੱਕਰ ਨਹੀਂ ਹੁੰਦਾ। ਹਿਮਾਲਿਆ ਦੇ ਕਈ ਡਰਾਵਣੇ ਰਾਜਾਂ ਦੇ ਵਿੱਚੋਂ ਇੱਕ ਰਾਜ ਹੈ ਜੀ ਹਿਮ
ਮਾਨਵ ਦਾ। ਇਸ ਦੀ ਮੌਜੂਦਗੀ ਨੂੰ ਲੈ ਕੇ ਹਰ ਕੋਈ ਸ਼ਸ਼ੋਪੰਜ ਦੇ ਵਿੱਚ ਪਿਆ ਹੋਇਆ ਹੈ। ਹਿਮਾਲਿਆ ਪਰਬਤ ਦੇ ਉੱਪਰ ਚੜ੍ਹਾਈ ਕਰਨ ਵਾਲੇ ਕਈ ਪਰਬਤ ਆਰੋਹੀਆਂ ਨੇ ਇਸ ਹਿਮ ਮਾਨਵ ਨੂੰ ਦੇਖਣ ਦਾ ਦਾਅਵਾ ਕੀਤਾ ਹੈ। ਇਹ ਇੱਕ ਵੱਡੇ ਸਰੀਰ ਵਾਲਾ ਬਾਂਦਰ ਹੁੰਦਾ ਹੈ, ਜਿਸ ਦੇ ਸਰੀਰ ਦੇ ਉੱਪਰ ਚਿੱਟੇ ਰੰਗ ਦੇ ਵਾਲ ਹੁੰਦੇ ਨੇ। ਇਸ ਨੂੰ ਹਿਮ ਮਾਨਵ ਅਤੇ ਯੈਟੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਮੌਜੂਦਗੀ ਨੂੰ ਲੈ ਕੇ ਇੰਡੀਅਨ ਆਰਮੀ ਵੀ ਆਪਣਾ ਬਿਆਨ ਦੇ ਚੁੱਕੀ ਹੈ। ਭਾਰਤੀ ਸੈਨਾ ਦੇ ਜਵਾਨਾਂ ਨੇ ਸੰਨ 2019 ਦੇ ਵਿੱਚ ਮਕਾਲੂ ਬਰੂਨੇ ਨੈਸ਼ਨਲ ਪਾਰਕ ਦੇ ਵਿੱਚ ਵੱਡੇ ਵੱਡੇ ਬਰਫ਼ ਦੇ ਉੱਪਰ ਬਣੇ ਹੋਏ ਪੈਰਾਂ ਦੇ ਨਿਸ਼ਾਨ ਦੇਖੇ ਸਨ, ਜਿਹੜੇ ਕਿ 32x15 ਇੰਚ ਦੇ ਸਾਈਜ਼ ਵਾਲੇ ਸਨ। ਹਿਮਾਲਿਆ ਦੇ ਇੰਨੇ ਦੂਰ ਦਰਾੜ ਦੇ ਇਲਾਕੇ ਦੇ ਵਿੱਚ ਇੰਡੀਅਨ ਆਰਮੀ ਤੋਂ ਬਿਨਾਂ ਕਿਸੇ ਹੋਰ ਦੇ ਨਿਸ਼ਾਨ ਮਿਲਣਾ ਜੈਤੀ ਦੇ ਸਬੂਤਾਂ ਨੂੰ ਹੋਰ ਪੁਖਤਾ ਕਰਦੇ ਨੇ। ਹਿਮ ਮਾਨਵ ਜਾਂ ਕਿ ਜੈਤੀ ਦੇ ਜਿਹੜੇ ਦਾਅਵਿਆਂ ਦੀ ਗੱਲ ਹੈ, ਇਹ 900 ਸਾਲ ਪਹਿਲਾਂ ਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਨੇਪਾਲ ਦੇ ਵਿੱਚ ਅਤੇ ਅਫਗਾਨਿਸਤਾਨ ਦੇ ਵਿੱਚ ਪਹਾੜਾਂ ਦੇ ਉੱਪਰ ਦੇਖੇ ਜਾਣ ਦੇ ਦਾਅਵੇ ਕੀਤੇ ਗਏ ਨੇ। ਇਸ ਦੇ ਪੂਰੇ ਸਰੀਰ ਦੇ ਉੱਤੇ ਲੰਬੇ ਚਿੱਟੇ ਵਾਲ ਹੁੰਦੇ ਨੇ ਤੇ 2 ਪੈਰਾਂ ਦੇ ਉੱਪਰ ਚੱਲਦਾ ਹੈ। ਇਹ ਗੁਫਾਵਾਂ ਦੇ ਵਿੱਚ ਰਹਿੰਦਾ ਹੈ ਤੇ ਖਾਣੇ ਦੀ ਤਲਾਸ਼ ਦੇ ਵਿੱਚ ਹਿਮਾਲਿਆ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਾਂਦਾ ਰਹਿੰਦਾ ਹੈ। ਹਾਲਾਂਕਿ ਅੱਜ ਤੱਕ ਕੋਈ ਵੀ ਇਨਸਾਨ ਜੈਟੀ ਨੂੰ ਬਿਲਕੁਲ ਕੋਲ ਤੋਂ ਨਹੀਂ ਦੇਖ ਪਾਇਆ ਤੇ ਨਾ ਹੀ ਅੱਜ ਤੱਕ ਇਸ ਦੀ ਮੌਜੂਦਗੀ ਦੇ ਕਿਤੇ ਕੋਈ ਸਬੂਤ ਮਿਲੇ ਨੇ। ਪਰ ਜਿਹੜੇ ਲੋਕ ਜੈਤੀ ਦੀ ਮੌਜੂਦਗੀ ਦੇ ਉੱਪਰ ਵਿਸ਼ਵਾਸ ਕਰਦੇ ਨੇ, ਉਹਨਾਂ ਦਾ ਮੰਨਣਾ ਹੈ ਕਿ ਹਿਮਾਲਿਆ ਹੀ ਇਸ ਜੈਤੀ ਦਾ ਜਾਂ ਕਹੀਏ ਹਿਮ ਮਾਨਵ ਦਾ ਅਸਲੀ ਘਰ ਹੈ। ਹਿਮਾਲਿਆ ਸਿਰਫ ਜੈਤੀ ਦੇ ਲਈ ਮਸ਼ਹੂਰ ਨਹੀਂ ਹੈ, ਬਲਕਿ ਇਸ ਦੇ ਇੱਕ ਖਾਸ ਇਲਾਕੇ ਦੇ ਵਿੱਚ ਏਲੀਅਨ ਦੇ ਰਹਿਣ ਦਾ ਵੀ ਦਾਅਵਾ ਕੀਤਾ ਗਿਆ ਹੈ। ਹਿਮਾਲਿਆ ਦੇ ਲਦਾਖ ਰੀਜਨ ਦੇ ਵਿੱਚ ਇੱਕ ਕੋਂਗਕਾ ਲਾਖ ਨਾਮ ਦੀ ਜਗ੍ਹਾ ਹੈ। ਇੱਥੇ ਸਿਰਫ ਇੰਡੀਅਨ ਆਰਮੀ ਦੇ ਜਵਾਨ ਹੀ ਰਹਿੰਦੇ ਨੇ ਤੇ ਇਸ ਜਗ੍ਹਾ ਦੇ ਉੱਪਰ ਰਹਿਣ ਵਾਲੇ ਇੰਡੀਅਨ ਆਰਮੀ ਦੇ ਜਵਾਨਾਂ ਨੇ ਕਈ ਵਾਰ ਇਸ ਜਗ੍ਹਾ ਦੇ ਉੱਪਰ ਅਸਮਾਨ ਦੇ ਵਿੱਚ ਗੋਲ ਚੀਜ਼ਾਂ ਨੂੰ ਉੱਡਦੇ ਦੇਖਿਆ ਹੈ ਤੇ ਇਹਨਾਂ ਦਾ ਸਾਈਜ਼ ਬਿਲਕੁਲ ਕਿਸੇ UFO ਦੇ ਨਾਲ ਮਿਲਦਾ ਜੁਲਦਾ ਹੁੰਦਾ ਹੈ। ਇੰਨਾ ਹੀ ਨਹੀਂ, ਇਹ ਇਲਾਕੇ ਤੋਂ ਕੁਝ ਦੂਰੀ ਤੇ ਜਿਹੜਾ ਪਿੰਡ ਵਸਿਆ ਹੋਇਆ ਹੈ, ਉੱਥੋਂ ਦੇ ਪਿੰਡ ਦੇ ਲੋਕਾਂ ਦਾ ਵੀ ਇਹ ਦਾਅਵਾ ਹੈ ਕਿ ਕੋਂਗਕਾ ਲਾ ਪਿੰਡ ਦੇ ਵਿੱਚ ਏਲੀਅਨ ਰਹਿੰਦੇ ਨੇ, ਜਿਹੜੇ ਕਿ ਅਚਾਨਕ ਹੀ ਇੱਕਦਮ ਸਾਹਮਣੇ ਆ ਜਾਂਦੇ ਨੇ ਤੇ ਅਚਾਨਕ ਹੀ ਇੱਕਦਮ ਗਾਇਬ ਹੋ ਜਾਂਦੇ ਨੇ। ਸਾਲ 1962 ਦੇ ਵਿੱਚ ਇੰਡੀਆ ਤੇ ਚੀਨ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ, ਉਦੋਂ ਇਸ ਇਲਾਕੇ ਨੂੰ ਲੈ ਕੇ ਇਹਨਾਂ ਦੋਨੇ ਦੇਸ਼ਾਂ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦੇ ਤਹਿਤ ਇਹਨਾਂ ਦੋਨੇ ਦੇਸ਼ਾਂ ਦੇ ਸੈਨਿਕਾਂ ਨੂੰ ਹੀ ਇਸ ਮੇਨ ਇਲਾਕੇ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇੰਡੀਆ ਤੇ ਚੀਨ ਦੀ ਆਰਮੀ ਦੂਰ ਤੋਂ ਹੀ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਨਿਗਰਾਨੀ ਰੱਖਦੀ ਹੈ ਇਸ ਏਰੀਏ ਦੀ। ਇਸ ਕਰਕੇ ਇਹ ਇਲਾਕਾ ਇਨਸਾਨਾਂ ਦੀ ਪਹੁੰਚ ਅਤੇ ਆਰਮੀ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ। ਅਜਿਹੇ ਵਿੱਚ ਵਿਗਿਆਨਕ ਮੰਨਦੇ ਨੇ ਕਿ ਇੱਥੇ ਸ਼ਾਇਦ ਚਹਿਲ ਪਹਿਲ ਘੱਟ ਹੋਣ ਕਰਕੇ ਏਲੀਅਨ ਜਾਂ ਦੂਜੇ ਗ੍ਰਹਿ ਦੇ ਲੋਕਾਂ ਨੇ ਇਸ ਇਲਾਕੇ ਨੂੰ ਆਪਣਾ ਘਰ ਬਣਾਇਆ ਹੋਇਆ ਹੈ। ਹਿਮਾਲਿਆ ਦੇ ਵਿੱਚ ਕਈ ਸਾਰੇ ਲੋਕ ਹਰ ਸਾਲ ਘੁੰਮਣ ਦੇ ਲਈ ਜਾਂਦੇ ਨੇ। ਇੱਥੇ ਮੋਬਾਈਲ ਨੈਟਵਰਕ ਦਾ ਆਉਣਾ ਤੇ ਫਿਰ ਗਾਇਬ ਹੋ ਜਾਣਾ ਇੱਕ ਨਾਰਮਲ ਗੱਲ ਹੈ, ਕਿਉਂਕਿ ਇਹ ਇੱਕ ਪਹਾੜੀ ਏਰੀਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਹਿਮਾਲਿਆ ਦੀ ਗੋਦ ਦੇ ਵਿੱਚ ਇੱਕ ਮੋਲੀ ਬੱਕਾ ਨਾਮ ਦਾ ਛੋਟਾ ਜਿਹਾ ਪਿੰਡ ਵਸਿਆ ਹੋਇਆ ਹੈ, ਜਿੱਥੇ ਜਾ ਕੇ ਹਰ ਇੱਕ ਇਲੈਕਟ੍ਰੋਨਿਕ ਚੀਜ਼ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਹੜੇ ਲੋਕ ਇਸ ਪਿੰਡ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਜਿਹੜੀਆਂ ਘੜੀਆਂ ਬੰਨੀਆਂ ਹੁੰਦੀਆਂ ਨੇ ਉਹ ਆਪਣੇ ਆਪ ਇੱਥੇ ਆ ਕੇ ਬੰਦ ਹੋ ਜਾਂਦੀਆਂ ਨੇ, ਜਾਂ ਫਿਰ ਲੋਕਾਂ ਦੀਆਂ ਘੜੀਆਂ ਦਾ ਟਾਈਮ ਆਪਣੇ ਆਪ ਬਦਲ ਜਾਂਦਾ ਹੈ। ਹਿਮਾਲਿਆ ਦੇ ਇਸ ਪਿੰਡ ਦੇ ਵਿੱਚ ਕਿਵੇਂ ਲੋਕਾਂ ਦੀਆਂ ਘੜੀਆਂ ਦਾ ਟਾਈਮ ਬਦਲ ਜਾਂਦਾ ਹੈ ਜਾਂ ਉਹਨਾਂ ਦੀ ਘੜੀਆਂ ਬੰਦ ਹੋ ਜਾਂਦੀਆਂ ਨੇ, ਇਹ ਰਾਜ ਇੱਥੇ ਅੱਜ ਵੀ ਰਾਜ ਬਣਿਆ ਹੋਇਆ ਹੈ। ਇੱਥੋਂ ਦੇ ਸਥਾਨਕ ਲੋਕ ਇਹ ਵੀ ਮੰਨਦੇ ਨੇ ਕਿ ਸਾਡੇ ਉੱਪਰ ਇੱਥੇ ਦੇਵੀ ਦੇਵਤਿਆਂ ਦਾ ਪਹਿਰਾ ਹੈ, ਉਹੀ ਇਸ ਤਰ੍ਹਾਂ ਕਰਦੇ ਨੇ ਤੇ ਕਈ ਲੋਕਾਂ ਨੂੰ ਇੱਥੇ ਆ ਕੇ ਦਿਸ਼ਾ ਜਾਂ ਕਈ ਡਾਇਰੈਕਸ਼ਨ ਦਾ ਵੀ ਬਹੁਤ ਜ਼ਿਆਦਾ ਭੁਲੇਖਾ ਲੱਗਦਾ ਹੈ। ਹਿਮਾਲਿਆ ਜੜੀਆਂ ਬੂਟੀਆਂ ਦਾ ਭੰਡਾਰ ਹੈ ਤੇ ਪ੍ਰਾਚੀਨ ਕਾਲ ਤੋਂ ਹੀ ਲੈ ਕੇ ਲੋਕ ਇਹ ਜੜੀਆਂ ਬੂਟੀਆਂ ਦੇ ਰਾਹੀਂ ਇਲਾਜ ਕਰਦੇ ਆਏ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਦੁਰਲਭ ਤੋਂ ਦੁਰਲਭ ਜੜੀ ਬੂਟੀ ਲੱਭਣ ਦੇ ਲਈ ਜਿਹੜੀ ਇੱਕ ਜਗ੍ਹਾ ਹੁੰਦੀ ਸੀ ਉਹ ਹਿਮਾਲਿਆ ਹੀ ਹੁੰਦੀ ਸੀ। ਰਮਾਇਣ ਦੇ ਵਿੱਚ ਵੀ ਜਦੋਂ ਲਕਸ਼ਮਣ ਜੀ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੀ ਜੜੀ ਬੂਟੀ ਦੀ ਮੰਗ ਕੀਤੀ ਜਾਂਦੀ ਹੈ ਉਹ ਵੀ ਇਸ ਹਿਮਾਲਿਆ ਪਰਬਤ ਦੇ ਉੱਪਰ ਹੀ ਹੁੰਦੀ ਹੈ, ਜਿਸ ਨੂੰ ਸੰਜੀਵਨੀ ਜੜੀ ਬੂਟੀ ਕਿਹਾ ਜਾਂਦਾ ਹੈ। ਹਿਮਾਲਿਆ ਪਰਬਤ ਇਕੱਲੀ ਸੰਜੀਵਨੀ ਬੂਟੀ ਨਹੀਂ, ਬਲਕਿ ਹੋਰ ਵੀ ਬਹੁਤ ਸਾਰੀਆਂ ਜੜੀਆਂ ਬੂਟੀਆਂ ਦਾ ਘਰ ਹੈ। ਇੱਥੇ ਅਜਿਹੀਆਂ ਜੜੀਆਂ ਬੂਟੀਆਂ ਵੀ ਉੱਗਦੀਆਂ ਨੇ ਜਿਹੜੀਆਂ ਕੈਂਸਰ ਅਤੇ ਏਡਸ ਵਰਗੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਵੀ ਕਰ ਸਕਦੀਆਂ ਨੇ। ਹਾਲਾਂਕਿ ਇਹ ਜੜੀ ਬੂਟੀਆਂ ਅਜਿਹੀ ਥਾਂ ਤੇ ਹੁੰਦੀਆਂ ਹੈ ਜਿੱਥੇ ਤੱਕ ਇਨਸਾਨਾਂ ਦਾ ਪਹੁੰਚਣਾ ਤੇ ਇਹਨਾਂ ਨੂੰ ਹਾਸਲ ਕਰਨਾ ਲਗਭਗ ਨਾਮੁਮਕਿਨ ਹੁੰਦਾ ਹੈ ਤੇ ਹਿਮਾਲਿਆ ਦੇ ਵਿੱਚ ਅਜਿਹੇ ਪੇੜ ਪੌਦੇ ਅਤੇ ਫੁੱਲ ਵੀ ਉੱਗਦੇ ਨੇ ਜਿਹੜੇ ਇਨਸਾਨਾਂ ਦੇ ਜੀਵਨ ਦੇ ਲਈ ਜਾਂ ਕਹੀਏ ਉਹਨਾਂ ਦੀ ਸਿਹਤ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ। ਪ੍ਰਾਚੀਨ ਕਾਲ ਦੇ ਵਿੱਚ ਵੀ ਜਿੰਨੇ ਰਿਸ਼ੀ ਮੁਨੀ ਹੁੰਦੇ ਸਨ ਉਹ ਬਿਮਾਰੀਆਂ ਦਾ ਇਲਾਜ ਲੱਭਣ ਦੇ ਲਈ ਹਿਮਾਲਿਆ ਦੀ ਯਾਤਰਾ ਕਰਿਆ ਕਰਦੇ ਸੀ ਤੇ ਇਹਨਾਂ ਜੜੀ ਬੂਟੀਆਂ ਤੋਂ ਦਵਾਈ ਤਿਆਰ ਕਰਨ ਤੋਂ ਬਾਅਦ ਉਹ ਇਹਨਾਂ ਜੜੀ ਬੂਟੀਆਂ ਦੇ ਬਾਰੇ ਇੱਕ ਪੱਤਰੀ ਦੇ ਵਿੱਚ ਵੀ ਲਿਖਿਆ ਕਰਦੇ ਸਨ।
ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਹਿਮਾਲਿਆ ਦੇ ਜੰਗਲਾਂ ਦੇ ਵਿੱਚ ਇਨਸਾਨ ਨੂੰ ਅਮਰ ਕਰਨ ਵਾਲੀ ਜੜੀ ਬੂਟੀ ਵੀ ਮੌਜੂਦ ਹੈ, ਜਿਸ ਨੂੰ ਕਈ ਰਾਜਿਆਂ ਨੇ ਲੱਭਣ ਦੇ ਲਈ ਆਪਣੇ ਵੈਦ ਭੇਜੇ ਸਨ। ਤੇ ਇਹ ਇਨਸਾਨ ਨੂੰ ਅਮਰ ਕਰਨ ਵਾਲੀ ਜੜੀ ਬੂਟੀ ਨੂੰ ਲੱਭਣਾ ਬਹੁਤ ਜ਼ਿਆਦਾ ਔਖਾ ਹੈ ਤੇ ਇਸ ਨੂੰ ਅੱਜ ਤੱਕ ਵੀ ਕੋਈ ਲੱਭ ਨਹੀਂ ਸਕਿਆ। ਹਿਮਾਲਿਆ ਦੇ ਵਿੱਚ ਨਾਰੀ ਲਤਾ ਨਾਮ ਦਾ ਇੱਕ ਅਜਿਹਾ ਫੁੱਲ ਵੀ ਪਾਇਆ ਜਾਂਦਾ ਹੈ ਜਿਹੜਾ 20 ਸਾਲ ਦੇ ਵਿੱਚ ਸਿਰਫ ਇੱਕ ਵਾਰੀ ਖਿਲਦਾ ਹੈ। ਇਹ ਫੁੱਲ ਦਾ ਜਿਹੜਾ ਸਾਈਜ਼ ਜਾਂ ਕਹੀਏ ਇਸ ਦਾ ਜਿਹੜਾ ਆਕਾਰ ਹੁੰਦਾ ਹੈ ਉਹ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ ਜਿਵੇਂ ਇੱਕ ਔਰਤ ਬਿਨਾਂ ਕੱਪੜਿਆਂ ਤੋਂ ਖੜੀ ਹੋਵੇ। ਇਸ ਕਰਕੇ ਫੁੱਲ ਨੂੰ ਨਾਰੀ ਲਤਾ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤੋਂ ਇਲਾਵਾ ਹਿਮਾਲਿਆ ਦੇ ਜੰਗਲਾਂ ਦੇ ਵਿੱਚ ਇੱਕ ਅਜਿਹਾ ਦੁਰਲੱਭ ਫੁੱਲ ਵੀ ਪਾਇਆ ਜਾਂਦਾ ਹੈ ਜਿਸ ਦਾ ਸਾਈਜ਼ ਜਾਂ ਕਹੀਏ ਜਿਸ ਦਾ ਆਕਾਰ ਹੁੰਦਾ ਹੈ ਬਿਲਕੁਲ ਹਨੂੰਮਾਨ ਦੇ ਮੂੰਹ ਵਰਗਾ। ਇਹੀ ਕਾਰਨ ਹੈ ਕਿ ਹਿਮਾਲਿਆ ਨੂੰ ਚਮਤਕਾਰੀ ਜੜੀ ਬੂਟੀਆਂ ਤੇ ਫੁੱਲਾਂ ਦਾ ਘਰ ਮੰਨਿਆ ਜਾਂਦਾ ਹੈ। ਇਹ ਸਾਂਝੀ ਹਿਮਾਲਿਆ ਪਰਬਤ ਦੇ ਨਾਲ ਜੁੜੇ ਹੋਏ ਕੁਝ ਭੇਦ ਭਰੇ ਰਾਜ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।